ਬੰਦਾ ਇੱਕ ਸੈਟਰਡੇ ਦੀ ਨਾਈਟ ਅਤੇ ਸੰਡੇ ਮੋਰਨਿੰਗ ਵਾਪਸ ਆ ਕੇ ਆਪਣਾ ਕੰਮ ਕਰ ਲੈਂਦਾ ਹੈ, ਤਾਂ ਮੈਨੂੰ ਨਹੀਂ ਲੱਗਦਾ ਉਸ 'ਚ ਕਿਸੇ ਵੀ ਬੰਦੇ ਨੂੰ ਕੋਈ ਪ੍ਰੋਬਲਮ। ਅਸੀਂ ਜਾਂ ਤਾਂ ਘਪਲੇ ਕਰ ਲਈਏ ਅਤੇ ਜਾਂ ਕਮਾਈ ਕਰ ਲਈਏ। ਨਵਜੋਤ ਸਿੱਧੂ ਦੇ ਸ਼ੋਅ ਵਿੱਚ ਜੱਜ ਬਣਨ ਦੇ ਸਵਾਲ ਤੇ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਬਿਆਨ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਠੱਗੀ ਕਰਕੇ ਕਮਾਈ ਨਹੀਂ ਕਰ ਰਹੇ, ਹਫਤੇ 'ਚ ਸ਼ਨੀਵਾਰ ਤੇ ਐਤਵਾਰ ਕੰਮ ਕਰਕੇ ਜੇ ਨਵਜੋਤ ਸਿੰਘ ਸਿੱਧੂ ਪੈਸੇ ਕਮਾ ਰਹੇ ਨੇ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਅਸੀਂ ਵੀ ਪੈਸੇ ਘਰ ਦਾ ਗੁਜ਼ਾਰਾ ਚਲਾਉਣ ਲਈ ਕਰ ਰਹੇ ਹਾਂ। ਅਸੀਂ ਜਾਂ ਤਾਂ ਘਪਲੇ ਕਰ ਲਈਏ ਅਤੇ ਜਾਂ ਕਮਾਈ ਕਰ ਲਈਏ ਅਤੇ ਘਰ ਵੇਚ ਕੇ ਪਿਛਲੇ ਵਾਲੇ ਟਾਈਮ 'ਚ ਜਾਂ ਤਾਂ ਇਹ ਹੈ ਵੀ ਆਪਣੀ ਪ੍ਰੋਪਰਟੀ ਵੇਚ ਕੇ ਰੋਟੀ ਖਾ ਲਈਏ, ਹੋਰ ਕੋਈ ਕੰਮ ਤਾਂ ਹੈ ਨਹੀਂ। ਮੈਂ ਆਪਣੀ ਮੈਡੀਕਲ ਲਾਈਨ ਛੱਡਤੀ ਅਤੇ ਕੋਈ ਬੰਦਾ ਇੱਕ ਸੈਟਰਡੇ ਦੀ ਨਾਈਟ ਅਤੇ ਸੰਡੇ ਮੋਰਨਿੰਗ ਵਾਪਸ ਆ ਕੇ ਆਪਣਾ ਕੰਮ ਕਰ ਲੈਂਦਾ ਹੈ, ਤਾਂ ਮੈਨੂੰ ਨਹੀਂ ਲੱਗਦਾ ਉਸ 'ਚ ਕਿਸੇ ਵੀ ਬੰਦੇ ਨੂੰ ਕੋਈ ਪ੍ਰੋਬਲਮ ਹੈ। ਦੇਖੋ ਤੁਹਾਨੂੰ ਹੁਣੇ ਦੁਸ਼ਹਿਰਾ ਵਾਲਾ ਇੰਸੀਡੈਂਟ ਰੱਬ ਨਾ ਕਰੇ ਕਦੇ ਹੁੰਦਾ ਤਾਂ ਡੇਢ ਮਹੀਨਾ ਸੜਕ ਸੜਕ ਕੌਣ ਘੁੰਮਿਆ, ਐਂਡ ਹਰ ਕੋਈ ਮੰਤਰੀ ਜਿਹੜਾ ਪੰਜਾਬ ਨੂੰ ਰਿਪ੍ਰੈਜੈਂਟ ਕਰਦਾ ਉਹਦੇ ਪਿੱਛੇ ਕੋਈ ਨਾ ਕੋਈ ਟੀਮ ਕੰਮ ਕਰਦੀ ਹੈ। ਅਤੇ ਮੈਡਮ ਸਿੱਧੂ ਜੇ ਦਿਨ 'ਚ 8 ਘੰਟੇ ਸੜਕਾਂ 'ਤੇ ਹੁੰਦੀ ਹੈ ਅਤੇ ਉਹ ਸਿੱਧੂ ਸਾਹਿਬ ਦੀ ਰਿਪ੍ਰੈਜੈਂਟੇਟਿਵ ਹੈ ਨਾ, ਉਹ ਕੋਈ ਬਾਹਰੋਂ ਤੋਂ ਆਈ ਨਹੀਂ, ਅਲੱਗ ਸੈਲਰੀ ਨਹੀਂ ਲੈ ਰਹੀ। ਸੋ ਹਾਜ਼ਰ ਦੇ ਹਲਕੇ 'ਚ ਮੇਰੇ ਨਾਲ ਤੁਰ ਪਓ। ਕੋਈ ਬੰਦਾ ਐਸਾ ਨਹੀਂ ਜਿਹੜਾ ਕਹਿੰਦਾ ਸਿੱਧੂ ਸਾਹਿਬ ਨਹੀਂ ਆਏ ਜਾਂ ਕੋਈ ਪ੍ਰੋਗਰਾਮ 'ਤੇ ਨਹੀਂ ਜਾਂਦੇ। ਪਹਿਲਾਂ ਵੀ ਜਦੋਂ ਇੱਥੇ ਇੰਸੀਡੈਂਟ ਹੋਇਆ ਸਾਰਾ ਟਾਈਮ ਉਹਨਾਂ ਨੇ ਸੋਲਵ ਕੀਤਾ, ਅਤੇ ਅੱਜ ਜਿੰਨਾ ਅੰਮ੍ਰਿਤਸਰ ਲਈ ਜਾਂ ਸਾਰੇ ਪੰਜਾਬ ਲਈ ਜਿੰਨੇ ਪੈਸੇ ਦਾ ਇੰਤਜ਼ਾਮ ਕਰ ਰਹੇ ਤਾਂ ਉਹ ਮੰਤਰੀ ਉਹ ਹੀ ਕਰ ਰਿਹਾ, ਕਿਉਂਕਿ ਉਸ ਲੈਵਲ ਦਾ ਮੰਤਰੀ ਹੈ ਜਿਹੜਾ ਇਕੱਲਾ ਆਪਣੀ ਕੌਂਸਟੀਚੁਐਂਸੀ ਨੂੰ ਨਹੀਂ ਡਿਵੈਲਪ ਕਰਦਾ, ਪੂਰੇ ਪੰਜਾਬ 'ਤੇ ਲੱਗਿਆ ਹੋਇਆ। ਟੂਰਿਜ਼ਮ ਦਾ ਮੰਤਰੀ ਵੀ ਹੈ ਅਤੇ ਜਿੰਨਾ ਪੈਸਾ ਉਹ ਲਏ ਆ, ਜਿੰਨੀ ਛੇਤੀ 5 ਪੁਲ ਉਹ ਪਾਸ ਕਰਾਏ ਨਾ ਯੂਨੀਅਨ ਗਵਰਨਮੈਂਟ ਤੋਂ ਜਾ ਕੇ, ਇਹ ਵੀ ਹਿਸਟਰੀ ਹੈ ਵੀ 3 ਮਹੀਨਿਆਂ ਦੇ ਅੰਦਰ ਅੰਦਰ ਇੱਕ ਮੰਤਰੀ ਜਾ ਕੇ 5 ਫਲਾਈਓਵਰ ਪਾਸ ਕਰਾਇਆ ਵੇ। ਸਪੋਰਟਸ ਪਾਰਕ ਤਾਂ ਚਲੋ ਬਣਨ ਹੀ ਲੱਗਿਆ, ਜਿਹੜਾ ਕਿ ਬਹੁਤ ਦੇਰ ਦਾ ਉਹਨਾਂ ਦਾ ਰੋਕਿਆ ਗਿਆ। ਪਲੱਸ ਪੂਰੇ ਪੰਜਾਬ ਨੂੰ ਜਦੋਂ ਪੈਸਾ ਵੰਡਦੇ ਨਾ, ਅੱਜ 1500 ਕਰੋੜ ਜੇ ADB ਤੋਂ ਲੈ ਕੇ ਆਏ, 1500 ਕਰੋੜ ADB ਬੈਂਕ ਤੋਂ ਲੈ ਕੇ ਆਏ ਟੂਰਿਜ਼ਮ ਦੇ ਪ੍ਰੋਜੈਕਟਸ ਦੇ ਲਈ, ਤਾਂ ਉਹ ਮੰਤਰੀ ਉਹੀ ਲੈ ਕੇ ਆਇਆ, ਐਂਡ ਉਹ ਦਿਨ ਰਾਤ ਕੰਮ ਕਰਦਾ, 20 ਘੰਟੇ ਕੰਮ ਕਰਦਾ, ਤਾਂ ਉਹ ਉੱਥੋਂ ਪੈਸੇ ਲੈ ਕੇ ਆਉਂਦਾ। ਜੇ ਸਮਾਰਟ ਸਿਟੀ ਦੇ ਪੈਸੇ ਲੈ ਕੇ ਆਇਆ ਤਾਂ ਵੀ ਹਰਦੀਪ ਪੁਰੀ ਜੀ ਨੂੰ ਮਿਲ ਕੇ 600 ਕਰੋੜ ਉਹੀ ਮੰਤਰੀ ਲੈ ਕੇ ਆਇਆ, ਜਿਹੜਾ ਪਿਛਲੀ ਸਰਕਾਰਾਂ 'ਚ ਪੈਸਾ ਨਹੀਂ ਆਇਆ ਕਿਉਂਕਿ ਸਟੇਟ ਗਵਰਨਮੈਂਟ ਨੇ ਆਪਣਾ ਹਿੱਸਾ ਨਹੀਂ ਪਾਇਆ। ਬਿਊਰੋ ਰਿਪੋਰਟ।